ਵੀ ਆਰ ਕੈਂਪ 3 ਉਹ ਸ਼ਬਦਾਂ 'ਚ ਤਾਂ ਕਹੀ ਨਹੀਂ ਸਕਦੀ ਵੀਰ ਵੀਰ ਜੀ ਜਦ ਮੈਨੂੰ ਜਦ ਮੈਨੂੰ ਹੋ ਗਿਆ ਮੈਂ ਪਹੁੰਚ ਗਿਆ ਮੈਨੂੰ ਪਹਿਲਾਂ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਯਾਦ ਆਇਆ ਵੀ ਸ਼ੇਰਪਾ ਨੂੰ ਕਿਹਾ ਵੀ ਆਹ ਫੜ ਫੋਨ ਮੈਂ ਲੱਗਿਆ ਆਪਣਾ ਨਿਸ਼ਾਨ ਸਾਹਿਬ ਚੜ੍ਹਾਉਣ ਜਾਣੀ ਮੈਨੂੰ ਹੋਰ ਕੋਈ ਮੇਰੇ ਦਿਮਾਗ 'ਚ ਕੁਛ ਨਹੀਂ ਸੀਗਾ ਕੋਈ ਗੱਲ ਨਹੀਂ ਸੀ ਕੋਈ ਮਾਂ ਬਾਪ ਕੁਛ ਤੁਹਾਡੇ ਕੋਈ ਯਾਦ ਨਹੀਂ ਆਉਂਦਾ ਸਿਰਫ ਯਾਦ ਸੀ ਵਾਹਿਗੁਰੂ ਦਾ ਕਿਉਂਕਿ ਵਾਹਿਗੁਰੂ ਮੈਂ ਚਾਹੁੰਦਾ ਵੀ ਜਿਹੜਾ ਮੈਨੂੰ ਪਤਾ ਮੈਂ ਕਿਵੇਂ ਚੜ੍ਹਿਆ ਵੀ ਵਾਹਿਗੁਰੂ ਹੈ ਸਿਮਰਨ ਕਰਦਾ ਹੀ ਚੜ੍ਹਿਆ 32 ਘੰਟੇ ਦੀ ਵਾਕ ਕੀਤੀ ਆ ਸਿਰਫ 3 ਬਦਾਮ ਖਾਧੇ ਸੀਗੇ ਅਤੇ 2 ਘੁੱਟਾਂ ਮੈਂ ਬਲੈਕ ਟੀ ਹੁੰਦੀ ਆ ਉਹ ਪੀਤੀ ਸੀਗੀ ਬਸ ਹੋਰ ਕੁਛ ਨਹੀਂ ਪੀਤਾ ਮੈਨੂੰ ਤਾਂ ਵਾਹਿਗੁਰੂ ਨੇ ਚੜ੍ਹਾਤਾ ਇਹ ਜਿਹੜੀ ਮਾਊਂਟ ਐਵਰੈਸਟ ਚੋਟੀ ਆ ਇਹ ਕੋਈ ਆਮ ਚੋਟੀ ਨਹੀਂ ਹੈਗੀ ਜਾਣੀ ਮੌਤ ਦੇ ਮੂੰਹ 'ਚੋਂ ਨਿਕਲ ਕੇ ਆਇਆ ਜਾਂ ਤੁਹਾਨੂੰ ਸੱਚੀ ਦੱਸ ਦਿੰਦਾ ਮੈਂ ਸਾਰਾ ਖੰਡਾਤਾ ਸੀ ਮੇਰੀਆਂ ਐਨਕਾਂ ਵੀ ਚਲੇ ਗਈਆਂ ਸੀਗੀਆਂ ਮੇਰੇ ਕੋਲ ਕੁਛ ਨਹੀਂ ਸੀ ਸਿਰਫ ਮੇਰੇ ਹੱਥ ਸੀ ਰੱਸੀ 'ਚ ਅਤੇ ਇੱਕ ਹਾਰਨੈਸ ਹੁੰਦੀ ਆ ਤੁਹਾਡੀ ਆਸਰਾ ਲੈ ਕੇ ਨਿਊਜ਼ੀਲੈਂਡ ਦੇ ਰਹਿਣ ਵਾਲੇ ਮਲਕੀਤ ਸਿੰਘ ਨੇ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰਕੇ ਦੁਨੀਆ ਭਰ 'ਚ ਸਮੁੱਚੇ ਪੰਜਾਬੀ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾ ਦਿੱਤਾ ਏ ਮਲਕੀਤ ਸਿੰਘ ਨੇ ਨਾ ਸਿਰਫ ਮਾਊਂਟ ਐਵਰੈਸਟ ਦੀ ਚੋਟੀ ਸਰ ਕੀਤੀ ਸਗੋਂ ਉੱਥੇ ਨਿਸ਼ਾਨ ਸਾਹਿਬ ਵੀ ਝੁਲਾਇਆ ਨਿਸ਼ਾਨ ਸਾਹਿਬ ਦੇ ਨਾਲ ਨਾਲ ਮਲਕੀਤ ਸਿੰਘ ਨੇ ਨਿਊਜ਼ੀਲੈਂਡ ਦਾ ਝੰਡਾ ਵੀ ਝੁਲਾ ਦਿੱਤਾ ਇਹ ਪਲ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਲਈ ਨਾ ਸਿਰਫ ਮਾਣ ਵਾਲੇ ਸਨ ਸਗੋਂ ਦ੍ਰਿੜਤਾ ਨੂੰ ਵੀ ਉਜਾਗਰ ਕਰਦੇ ਨੇ ਮਲਕੀਤ ਸਿੰਘ ਦਾ ਮਾਊਂਟ ਐਵਰੈਸਟ ਦਾ ਸਫ਼ਰ ਹਰ ਇੱਕ ਬੰਦੇ ਨੂੰ ਪ੍ਰੇਰਿਤ ਕਰਦਾ ਏ ਮਲਕੀਤ ਸਿੰਘ ਕਹਿੰਦੇ ਨੇ ਕਿ ਉਹ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੌਤ ਦੇ ਮੂੰਹ 'ਚੋਂ ਬਚ ਕੇ ਬਾਹਰ ਆਏ ਨੇ ਨਿਊਜ਼ੀਲੈਂਡ ਪਰਤੇ ਗੁਰਸਿੱਖ ਮਲਕੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੁਪਰੀਮ ਸਿੱਖ ਸੁਸਾਇਟੀ ਦੇ ਵੱਲੋਂ ਗੁਰਦੁਆਰਾ ਟਾਕਾਨੀਨੀ ਸਾਹਿਬ ਵਿਖੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮਲਕੀਤ ਸਿੰਘ ਨਿਊਜ਼ੀਲੈਂਡ ਵੱਲੋਂ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਪਹਿਲੇ ਗੁਰਸਿੱਖ ਅਤੇ 53ਵੇਂ ਵਿਅਕਤੀ ਨੇ ਇਹ ਵੀ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਅਸਲ 'ਚ ਇਹ ਮੈਂ 2022 'ਚ ਸੋਚਿਆ ਸੀਗਾ ਵੀ ਮਾਊਂਟ ਐਵਰੈਸਟ ਕਰਨੇ ਆ ਕਿਉਂਕਿ ਪਹਿਲਾਂ ਤਾਂ ਇੱਥੇ ਲੋਕਲੀ ਆਪਣੇ ਨਾਲ ਟਰੈਕਿੰਗਸ ਕਰਦੇ ਸੀਗੇ ਜਾਂ ਮਾਊਂਟ ਤਾਰਾਨੱਕੀ ਕੀਤੀ ਸੀ ਮਾਊਂਟ ਤਾਰਾਨੱਕੀ ਹੈਗੀ ਜਿਹੜੀ ਆ ਉਹ 1900 ਮੀਟਰ ਆ ਜਿਹੜੀ ਆਪਣੀ ਮਾਊਂਟ ਐਵਰੈਸਟ ਆ ਇਹ ਹੈਗੀ ਆ 8848 ਮੀਟਰ ਅਤੇ ਮਨ 'ਚ ਵਿਚਾਰ ਆਇਆ ਸੀਗਾ ਵਿਚਾਰ ਵੀ ਇਹੋ ਜਿਹਾ ਮੈਨੂੰ ਲੱਗਦਾ ਗੁਰੂ ਸਾਹਿਬ ਨੇ ਦਿੱਤਾ ਵੀ ਇਹ ਨਿਸ਼ਾਨ ਸਾਹਿਬ ਲਹਿਰਾ ਕੇ ਆਉਣਾ ਉੱਤੇ ਸ਼ਾਇਦ ਉਹਨਾਂ ਦੀ ਬਖਸ਼ਿਸ਼ ਸੀਗੀ ਉਹਨਾਂ ਨੇ ਇਹ ਤਿਆਰੀ ਕੀਤੀ ਅਤੇ ਕਿਹੜੀ ਤਰੀਕ ਨੂੰ ਤੁਸੀਂ ਇੱਥੋਂ ਗਏ ਆ ਇਹ ਹੁਣ ਜਿਹੜਾ ਇਹ ਗਿਆ ਅਸਲ 'ਚ ਇਸ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਪਹਿਲਾਂ ਜਾਣਾ ਪੈਂਦਾ ਜੇ ਤੁਸੀਂ ਐਵਰੈਸਟ ਕਰਨੀ ਆ ਤੁਹਾਨੂੰ ਇੱਕ 6000 ਜਾਂ 7000 ਦੀ ਇੱਕ ਚੋਟੀ ਕਰਨੀ ਪੈਂਦੀ ਆ ਉਹਦੇ ਨਾਲ ਤੁਸੀਂ ਕੁਆਲੀਫਾਈ ਕਹਿ ਲਓ ਚਾਹੇ ਤੁਹਾਨੂੰ ਵੀ ਐਕਲਮਟਾਈਜ਼ ਹੁੰਦੇ ਹੋ ਪਿਛਲੇ ਸਾਲ 2023 'ਚ ਨਵੰਬਰ 'ਚ ਗਿਆ ਸੀਗਾ ਮੈਂ ਫਿਰ ਉਹ ਮਾਊਂਟ ਲਬੂਸ਼ੇ ਆ ਉਹ ਹੈਗੀ ਆ 6119 ਮੀਟਰ ਉਹ ਕਰਕੇ ਆਇਆ ਸੀਗਾ ਉਸ ਤੋਂ ਮੈਨੂੰ ਆਪ ਨੂੰ ਵੀ ਪਤਾ ਲੱਗ ਗਿਆ ਸੀ ਵੀ ਮੇਰੇ 'ਚ ਕਿੰਨੀ ਕੁ ਦਮ ਆ ਕਿਉਂਕਿ ਇਹ ਹੈਗੀ 8848 ਮੀਟਰ ਫਿਰ ਮੈਨੂੰ ਜਦ ਨਵੰਬਰ 'ਚ ਮੈਂ ਕਰਕੇ ਆਇਆ ਤਾਂ ਮੈਨੂੰ ਪਤਾ ਲੱਗ ਗਿਆ ਵੀ ਮਿੱਤਰਾ ਐਂ ਨਹੀਂ ਹੋਣੀ ਇਹਦੇ ਲਈ ਬਹੁਤ ਕਰੜੀ ਮਿਹਨਤ ਕਰਨੀ ਪੈਣੀ ਆ
ਫਿਰ ਮੈਂ ਦਸੰਬਰ ਤੋਂ ਲੈ ਕੇ ਮਾਰਚ ਤੱਕ ਇੱਕ ਜਿਹੜਾ ਮੇਰਾ ਬੇਟਾ ਮਨ ਸੁੰਦਰ ਸਿੰਘ, ਸ਼ਾਇਦ ਤੁਸੀਂ ਜਾਣਦੇ ਹੋ, ਮੈਂ ਪਹਿਲਾ ਸਿੱਖ ਹੋਇਆ ਆਰਮੀ 'ਚ ਕਮਿਸ਼ਨਡ, ਉਹਨੇ ਮੈਨੂੰ ਇੱਕ ਪ੍ਰੋਗਰਾਮ ਬਣਾ ਕੇ ਦਿੱਤਾ। ਉਹਦੇ ਪ੍ਰੋਗਰਾਮ ਦੇ ਹਿਸਾਬ ਨਾਲ ਮੈਨੂੰ ਤਿਆਰੀ ਕਰਨੀ ਪਈ। ਫਿਰ ਮੈਂ 11 April 2024 ਨੂੰ ਇੱਥੋਂ ਤੁਰਿਆ ਔਕਲੈਂਡ ਤੋਂ। ਅਤੇ ਹੁਣ ਜਦੋਂ ਤੁਸੀਂ ਜਾ ਕੇ ਆਏ ਆ, ਕਿਹੜੀਆਂ ਕਿਹੜੀਆਂ ਔਕੜਾਂ ਦਾ ਰਸਤੇ ਦੇ ਵਿੱਚ ਸਾਹਮਣਾ ਜਿਹੜਾ ਉਹ ਕਰਨਾ ਪਿਆ? ਔਕੜਾਂ ਦਾ ਤਾਂ ਇਹ ਸੀਗਾ ਵੀ 11 April ਨੂੰ ਇੱਥੋਂ ਚੱਲਿਆ ਮੈਂ, ਤਾਂ 11 April ਨੂੰ ਚੱਲ ਕੇ ਤਾਂ 12 April 13 April ਨੂੰ ਤੁਸੀਂ ਸਮਾਨ ਖਰੀਦਦੇ ਹੋ ਸਾਰਾ, ਜਿਹੜਾ 6000 ਤੋਂ ਉੱਤੇ ਯੂਜ਼ ਹੁੰਦਾ, ਉਹ ਡਿਫਰੈਂਟ ਹੀ ਇੱਕ ਬਹੁਤ ਮਹਿੰਗਾ ਅਤੇ ਇਕੁਪਮੈਂਟ ਆ ਜਿਹੜਾ ਤੁਹਾਨੂੰ ਯੂਜ਼ ਕਰਨਾ ਪੈਂਦਾ, ਉਹ ਤੁਸੀਂ ਖਰੀਦਦੇ ਹੋ। ਅਤੇ 14 April ਨੂੰ ਇੱਕ ਲੁਕਲਾ ਏਅਰਪੋਰਟ ਆ, ਵਰਲਡ ਦਾ ਡੇਂਜਰਸ ਏਅਰਪੋਰਟ ਆ, ਉੱਥੇ ਤੁਹਾਨੂੰ ਲੈਂਡ ਛੱਡ ਦਿੰਦੇ ਨੇ, ਲਾ ਦਿੰਦੇ ਨੇ ਲਾ, ਉੱਥੋਂ ਤੁਸੀਂ 5 ਦਿਨ ਫਿਰ ਤੁਰ ਕੇ ਜਾਂਦੇ ਹੋ, 5 ਰਾਤਾਂ ਰਾਹ 'ਚ ਕੱਟਦੇ ਹੋ, ਫਿਰ ਤੁਸੀਂ ਬੇਸ ਕੈਂਪ ਪਹੁੰਚਦੇ ਹੋ। ਬੇਸ ਕੈਂਪ ਪਹੁੰਚ ਕੇ ਫਿਰ ਤੁਹਾਡੀ ਅਸਲ 'ਚ ਮੈਨੂੰ ਟੋਟਲ 43 ਦਿਨ ਲੱਗੇ ਨੇ, 30 ਦਿਨ ਤੁਹਾਨੂੰ ਬੇਸ ਕੈਂਪ 'ਚ ਰਹਿਣਾ ਪੈਂਦਾ, ਰਹਿ ਕੇ ਫਿਰ ਤੁਹਾਨੂੰ ਤਿਆਰੀ ਕਰਨੀ ਪੈਂਦੀ ਆ ਉਹਦੀ ਐਵਰੈਸਟ ਚੜ੍ਹਨ ਦੀ, ਫਿਰ ਤੁਸੀਂ ਜਾ ਕੇ ਅੱਗੇ ਸ਼ੁਰੂ ਕਰਦੇ ਆਪਣੀ ਜਿਹੜੀ ਮੇਨ ਕਲਾਈਂਬਿੰਗ ਸ਼ੁਰੂ ਹੁੰਦੀ ਹੈ ਜਿਹੜੀ ਐਵਰੈਸਟ ਦੀ। ਅਤੇ ਤੁਸੀਂ ਕਦੋਂ ਸ਼ੁਰੂ ਕੀਤੀ ਫਿਰ? ਇਹ ਜਿਹੜੀ ਕਲਾਈਂਬਿੰਗ ਪੀਰੀਅਡ ਆ, ਇਹ ਸਿਰਫ 13 May ਤੋਂ ਲੈ ਕੇ 27 May ਤੱਕ ਦਾ ਹੁੰਦਾ ਹਰੇਕ ਸਾਲ, ਸਿਰਫ 13 May ਤੋਂ 27 May ਦਾ ਹੀ ਇੰਨਾ ਹੀ ਵਿੰਡੋ ਹੁੰਦੀ ਆ ਜਿਸ 'ਚ ਤੁਸੀਂ ਐਵਰੈਸਟ ਚੜ੍ਹ ਸਕਦੇ ਹੋ। ਫਿਰ ਮੈਨੂੰ ਇਹਨਾਂ ਨੇ 11 May ਨੂੰ ਮੈਨੂੰ ਇਹਨਾਂ ਨੇ ਹਰੀ ਝੰਡੀ ਦੇ ਤੀ ਵੀ 11 May ਨੂੰ ਮੈਂ ਅਤੇ ਮੇਰਾ ਜਿਹੜਾ ਸ਼ੇਰਪਾ ਸੀਗਾ ਨਿੰਮਾ, ਅਸੀਂ ਦੋਨਾਂ ਨੇ ਉੱਥੋਂ ਸ਼ੁਰੂ 11 May ਨੂੰ ਸ਼ੁਰੂ ਕੀਤੀ। ਅਤੇ 11 May ਨੂੰ ਪਹਿਲਾਂ ਤੁਹਾਡੇ 4 ਕੈਂਪ ਪੈਂਦੇ ਨੇ, ਕੈਂਪ 1, ਕੈਂਪ 2, ਕੈਂਪ 3, ਕੈਂਪ 4। ਜਿਹੜਾ ਕੈਂਪ 1 ਆ ਉਹ 6100 ਮੀਟਰ 'ਤੇ ਆ, ਕੈਂਪ 2 6400 ਮੀਟਰ 'ਤੇ ਆ, ਕੈਂਪ 3 7100 ਮੀਟਰ 'ਤੇ ਆ, ਕੈਂਪ 4 8000 ਮੀਟਰ 'ਤੇ ਆ। ਫਿਰ ਅਸੀਂ 11 ਤੋਂ ਚੱਲ ਕੇ ਪਹਿਲਾਂ ਕੈਂਪ 1 ਪਹੁੰਚੇ, ਪਹਿਲੀ ਰਾਤ ਕੱਟੀ, ਉਹ ਕੁੰਭੂ ਗਲੇਸ਼ੀਅਰ ਆ, ਕੁੰਭੂ ਗਲੇਸ਼ੀਅਰ ਵਰਲਡ ਦਾ ਡੇਂਜਰਸ ਗਲੇਸ਼ੀਅਰ ਗਿਣਿਆ ਜਾਂਦਾ ਜਿਹਨੂੰ ਕ੍ਰੋਸ ਕਰਨਾ ਹੁੰਦਾ ਉਹ ਦਿਨ। ਉਹ ਕ੍ਰੋਸ ਕਰਕੇ ਅਸੀਂ ਉੱਥੇ ਰਹੇ 11 ਦੀ ਰਾਤ ਉੱਥੇ ਰਹੇ, ਫਿਰ 12 ਦੀ ਰਾਤ ਅਸੀਂ ਕੈਂਪ 2  'ਚ ਰਹੇ ਜਿਹੜਾ ਹੈਗਾ 6600 ਮੀਟਰ 'ਤੇ ਆ। ਜਿਹੜਾ ਕੈਂਪ 2 'ਤੇ ਜਾ ਕੇ ਫਿਰ ਮੌਸਮ ਖਰਾਬ ਹੋ ਗਿਆ, ਜਦ ਮੌਸਮ ਖਰਾਬ ਹੋ ਜਾਂਦਾ ਫਿਰ ਤੁਹਾਨੂੰ ਚੜ੍ਹਨ ਨਹੀਂ ਦਿੰਦੇ। ਫਿਰ ਕੈਂਪ 2 'ਤੇ ਮੈਨੂੰ 5 ਦਿਨ ਰਹਿਣਾ ਪਿਆ, ਜਿਵੇਂ ਕਿ 12, 13, 14, 15, 16, ਫਿਰ 17 ਨੂੰ 11 ਮੈਨੂੰ ਪਿੱਛੋਂ ਮੈਨੂੰ ਤਾਂ ਜਿਹੜੇ ਮੇਰੇ ਸ਼ੇਰਪਾ ਨੂੰ ਉਹਨਾਂ ਨੇ ਡਾਇਰੈਕਟ ਕੀਤਾ ਵੀ ਤੁਸੀਂ ਹੁਣ ਜਾ ਸਕਦੇ ਹੋ, 1 ਦਿਨ ਦੀ ਵਿੰਡੋ ਹੈਗੀ ਆ ਚੜ੍ਹਨ ਦੀ। ਫਿਰ ਅਸੀਂ 17 May ਨੂੰ 2 ਦੁਪਹਿਰ ਨੂੰ ਚੱਲੇ ਅਤੇ ਕੈਂਪ ਸ਼ਾਮ ਨੂੰ ਕੈਂਪ 3 ਪਹੁੰਚੇ 7100 ਮੀਟਰ, ਫਿਰ ਉਹ ਰਾਤ ਉੱਥੇ ਕੱਟੀ। ਫਿਰ ਜਿਹੜੀ 17-18 ਨੂੰ ਫਿਰ 18 ਨੂੰ ਉੱਥੇ ਕੈਂਪ 3 ਤੋਂ ਚੱਲੇ, ਜਾਂ ਕੈਂਪ 3 ਤੋਂ ਚੱਲਦੇ ਹੋ ਨਾ ਤੁਸੀਂ, ਉਹ ਤੁਹਾਨੂੰ ਹੁਣ ਤੁਸੀਂ ਘੰਟੇ ਤੁਸੀਂ ਆਪੇ ਗਿਣੀ ਚੱਲਿਓ। 17 ਨੂੰ ਅਸੀਂ ਸਵੇਰੇ 6 ਚੱਲੇ 18 ਨੂੰ ਉੱਥੋਂ ਕੈਂਪ 3 ਤੋਂ 7100 ਮੀਟਰ ਤੋਂ, ਉਹ 8000 ਮੀਟਰ ਤੱਕ ਅਸੀਂ 9 ਘੰਟੇ ਲੱਗੇ ਸਾਨੂੰ ਉੱਥੋਂ। ਸਿਰਫ ਤੁਸੀਂ ਜਿਹੜੇ ਕੈਂਪ 4 ਆ ਉੱਥੇ ਰਾਤ ਨਹੀਂ ਕੱਟ ਸਕਦੇ, ਉੱਥੇ ਸਿਰਫ ਸਾਨੂੰ 3 ਘੰਟੇ ਮਿਲੇ ਆਰਾਮ ਕਰਨ ਨੂੰ। ਫਿਰ ਜਦੀ ਰਾਤ ਨੂੰ 7:30 ਉੱਥੋਂ ਸਾਨੂੰ ਕਹਿੰਦੇ ਵੀ ਸਮਿਟ ਲਈ ਚੱਲੋ, ਫਿਰ ਅਸੀਂ ਉੱਥੇ ਲਗਾਤਾਰ ਉਦੋਂ ਹੀ 3 ਘੰਟੇ ਬਾਅਦ ਹੀ ਸਮਿਟ ਲਈ ਚੱਲ ਪਏ। ਸਮਿਟ ਲਈ ਸਾਨੂੰ 13 ਘੰਟੇ ਲੱਗੇ, ਜਿਹੜਾ ਕਿ 848 ਮੀਟਰ ਆ, 848 ਮੀਟਰ ਨੂੰ ਚੜ੍ਹਨ ਨੂੰ ਸਾਨੂੰ 13 ਘੰਟੇ ਲੱਗੇ। ਅਤੇ ਸਵੇਰੇ 19 ਨੂੰ ਜਾ ਕੇ ਅਸੀਂ 18 ਨੂੰ ਚੱਲੇ, 19 ਨੂੰ 18 ਦੀ ਸਾਰੀ ਰਾਤ ਚੱਲੀ ਗਏ, 19 ਨੂੰ ਸਵੇਰੇ 8:37 'ਤੇ ਮੈਂ ਸਬਮਿਟ ਕੀਤਾ ਐਵਰੈਸਟ।
ਸੋ ਕਿਸ ਤਰ੍ਹਾਂ ਦੀ ਮੂਵਮੈਂਟ ਸੀ ਜਦੋਂ 8:37 'ਤੇ ਤੁਸੀਂ ਉੱਪਰ ਜਾ ਕੇ ਤੁਹਾਨੂੰ ਕਿਹਾ ਗਿਆ ਕਿ ਹਾਂ ਤੁਸੀਂ ਸਿਰੇ 'ਤੇ ਪਹੁੰਚ ਚੁੱਕੇ ਹੋ ਅਤੇ ਤੁਸੀਂ ਨਿਸ਼ਾਨ ਸਾਹਿਬ ਜਿਹੜਾ ਉੱਥੇ ਝੁਲਾਇਆ ਅਤੇ ਨਾਲ ਨਿਊਜ਼ੀਲੈਂਡ ਦਾ ਝੰਡੇ ਨਾਲ ਤੁਹਾਡੀ ਜਿਹੜੀ ਫੋਟੋ ਆ ਉਹ ਸਾਹਮਣੇ ਆਈ ਆ, ਕਿੱਦਾਂ ਦੀ ਮੂਵਮੈਂਟ ਸੀ ਉਹ? ਉਹ ਸ਼ਬਦਾਂ 'ਚ ਤਾਂ ਕਹੀ ਨਹੀਂ ਸਕਦੇ ਵੀਰ ਜੀ, ਜਦ ਮੈਨੂੰ ਹੋ ਗਿਆ, ਮੈਂ ਪਹੁੰਚ ਗਿਆ, ਮੈਨੂੰ ਪਹਿਲਾਂ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਯਾਦ ਆਇਆ ਵੀ ਮਲਕੀਤ ਸਿੰਘ ਜਿਹੜਾ ਕੰਮ ਆ ਉਹ ਹੁਣ ਦਰਖਤ ਪੂਰਾ ਹੋਣਾ ਜਾ ਰਿਹਾ। ਮੈਂ ਪਹਿਲਾਂ ਆਪਣਾ ਸ਼ੇਰਪਾ ਨੂੰ ਕਿਹਾ ਵੀ ਆਹ ਫੜ ਫੋਨ, ਮੈਂ ਲੱਗਿਆ ਆਪਣਾ ਨਿਸ਼ਾਨ ਸਾਹਿਬ ਚੜ੍ਹਾਉਣ। ਤਾਂ ਫਿਰ ਉਹਨੇ ਉਦੋਂ ਮੇਰੀ ਬੁੜੀ ਬਣਾਈ, ਜਾਣੀ ਮੈਨੂੰ ਹੋਰ ਕੋਈ ਮੇਰੇ ਦਿਮਾਗ 'ਚ ਕੁਛ ਨਹੀਂ ਸੀਗਾ, ਕੋਈ ਗੱਲ ਨਹੀਂ ਸੀ, ਕੋਈ ਮਾਂ ਬਾਪ ਕੁਛ ਤੁਹਾਡੇ ਕੋਈ ਯਾਦ ਨਹੀਂ ਆਉਂਦਾ, ਸਿਰਫ ਯਾਦ ਸੀ ਵਾਹਿਗੁਰੂ ਦਾ। ਕਿਉਂਕਿ ਵਾਹਿਗੁਰੂ ਮੈਂ ਚਾਹੁੰਦਾ ਵੀ ਜਿਹੜਾ ਮੈਨੂੰ ਪਤਾ ਮੈਂ ਕਿਵੇਂ ਚੜ੍ਹਿਆ ਵੀ ਵਾਹਿਗੁਰੂ ਹੈ, ਸਿਮਰਨ ਕਰਦਾ ਹੀ ਚੜ੍ਹਿਆ, ਅਤੇ ਸਿਮਰਨ ਕਰਨ 'ਚ ਚੜ੍ਹਨ ਕਰਕੇ ਹੀ ਮੈਨੂੰ ਐਂ ਸੀਗਾ ਵੀ ਮੈਂ ਪਹਿਲਾਂ ਨਿਸ਼ਾਨ ਸਾਹਿਬ ਚੜ੍ਹਾ ਲਾਂ, ਫਿਰ ਮੈਂ ਕੋਈ ਗੱਲ ਹੋਰ ਕਰੂੰਗਾ। ਨਾ ਮੈਂ ਸ਼ੇਰਪਾ ਨਾਲ ਗੱਲ ਕੀਤੀ, ਨਾ ਮੈਂ ਕਿਸੇ ਹੋਰ ਨਾਲ ਗੱਲ ਕੀਤੀ। ਅਤੇ ਬੜੇ ਭਾਵੁਕ ਪਲ ਸੀਗੇ ਉਹ, ਤੁਹਾਡੀਆਂ ਜਿਹੜੀਆਂ ਫੋਟੋਆਂ ਵੀ ਸਾਹਮਣੇ ਆਈਆਂ ਉਹਨਾਂ ਵਿੱਚ ਅਸੀਂ ਦੇਖਿਆ। ਅਤੇ ਵਾਪਸ ਆਉਣ ਦਾ ਤੁਹਾਡਾ ਜਿਹੜਾ ਤੁਸੀਂ ਇੱਕ ਦਿਨ ਹੋਸਪਿਟਲ ਵੀ ਰਹੇ ਹੋ, ਉਹ ਸਫ਼ਰ ਕਿਵੇਂ ਦਾ ਰਿਹਾ? ਉਹ ਸੀਗਾ ਵੀ ਜਦ ਫਿਰ ਹੁਣ ਤੁਸੀਂ 9 ਘੰਟੇ ਪਹਿਲਾਂ ਕੈਂਪ 3 ਤੋਂ ਕੈਂਪ 4 ਪਹੁੰਚੇ, 9 ਅਤੇ 13 ਘੰਟੇ ਤੁਹਾਨੂੰ ਲੱਗੇ ਸਬਮਿਟ ਕਰਨ ਨੂੰ, 22 ਘੰਟੇ ਹੋ ਗਏ। ਫਿਰ 22 ਘੰਟੇ ਫਿਰ ਉੱਥੇ 37 ਤੋਂ ਲੈ ਕੇ ਅਸੀਂ 9 ਦੇ ਨੇੜੇ ਤੇੜੇ ਤੋਂ ਫਿਰ ਵਾਪਸ ਚੱਲ ਪਏ। ਉਹ ਫਿਰ ਮੈਨੂੰ 7 ਵੱਜ ਗਏ ਸ਼ਾਮ ਨੂੰ ਆਉਂਦਿਆਂ ਨੂੰ, 7 ਵੱਜ ਗਏ, 3 ਅਤੇ 7 10 ਘੰਟੇ ਉਹ ਲੱਗ ਗਏ, ਅਤੇ 32 ਘੰਟੇ ਮੈਨੂੰ ਲੱਗਦੇ ਆ ਮੈਨੂੰ ਹੋ ਗਏ ਸੀ ਵਾਕਿੰਗ ਕਰਦੇ। ਅਤੇ ਮੈਂ ਕੈਂਪ 4 ਆ ਕੇ ਗਿਰ ਗਿਆ ਸੀਗਾ ਵੀਰ ਜੀ, ਜਾਂ ਕੈਂਪ 4 ਆ ਕੇ ਗਿਰ ਗਿਆ। ਕੈਂਪ 4 ਤਾਂ ਤੁਸੀਂ ਰਾਤ ਨਹੀਂ ਕੱਟ ਸਕਦੇ ਕਦੇ ਵੀ। ਅਤੇ ਖਾਣ ਪੀਣ ਦਾ ਕੀ ਸਿਸਟਮ ਸੀ ਉੱਥੇ ਤੁਹਾਡਾ ਨਾਲ? ਖਾਣ ਦਾ ਜੇ ਵੀਰ ਜੀ ਮੈਂ ਤੁਹਾਨੂੰ ਦੱਸਣ ਲੱਗਾ, ਮੈਂ ਚਾਹੁੰਦਾ ਸੀ ਵੀ ਉੱਤੇ ਵੀ ਗੱਲ ਕਰਦਾ ਪਰ ਮੇਰੇ ਤੋਂ ਹੋਈ ਨਹੀਂ ਗਈ। ਮੈਂ 24 ਤਰੀਕ ਦਾ ਬਿਮਾਰ ਹੋਇਆ, 24 ਅਪ੍ਰੈਲ ਤੋਂ ਲੈ ਕੇ ਮੈਂ 10 ਦਿਨ ਬਿਮਾਰ ਰਿਹਾ। ਮੈਨੂੰ ਡ੍ਰਿਪ ਵੀ ਲੱਗੀ, ਮੈਨੂੰ ਮੇਰੇ ਕੁਛ ਨਹੀਂ ਪਚਿਆ। ਈਵਨ ਕਿ ਜਿੱਦਣ ਮੈਂ 32 ਘੰਟੇ ਦੀ ਵਾਕ ਕੀਤੀ ਆ, ਸਿਰਫ 3 ਬਦਾਮ ਖਾਧੇ ਸੀਗੇ ਅਤੇ 2 ਘੁੱਟਾਂ ਮੈਂ ਬਲੈਕ ਟੀ ਹੁੰਦੀ ਆ ਉਹ ਪੀਤੀ ਸੀਗੀ, ਬਸ ਹੋਰ ਕੁਛ ਨਹੀਂ ਪੀਤਾ। ਸੋ ਬੜਾ ਇੱਕ ਭਾਵੁਕ ਮੂਵਮੈਂਟ ਆ ਜੀ ਜਦੋਂ ਤੁਸੀਂ ਨਿਸ਼ਾਨ ਸਾਹਿਬ ਉੱਪਰ ਝੁਲਾ ਕੇ ਆਏ ਹੋ। ਆਉਣ ਵਾਲੇ ਟਾਈਮ ਵਿੱਚ ਜੇ ਕੋਈ ਜਾਣਾ ਚਾਹੁੰਦਾ ਉਹਦੇ ਲਈ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਇਹ ਸੰਦੇਸ਼ ਚਾਹੁੰਣਾ ਚਾਹੁੰਦਾ ਵੀ ਜਿਹੜਾ ਮੈਨੂੰ ਤਾਂ ਵਾਹਿਗੁਰੂ ਨੇ ਚੜ੍ਹਾ ਤਾ, ਇਹ ਜਿਹੜੀ ਮਾਊਂਟ ਐਵਰੈਸਟ ਚੋਟੀ ਆ ਇਹ ਕੋਈ ਆਮ ਚੋਟੀ ਨਹੀਂ ਹੈਗੀ ਵੀ ਜੇ ਤੁਸੀਂ ਜਾ ਕੇ ਚੜ੍ਹ ਜੂਗੇ। ਇਹਦੇ ਲਈ ਤੁਹਾਨੂੰ ਜਿਹੜੇ ਉੱਥੇ ਜਾਣੀ ਮੇਰੇ ਨਾਲ ਇਹੋ ਜਿਹੇ ਹਾਲਾਤ ਹੋਏ ਸੀਗੇ ਵੀ ਜਿਹੜੇ ਮੇਰੇ ਨਾਲ ਬੈਠੇ ਸੀ ਸਾਰੇ ਉੱਥੇ ਬੜੇ ਬੜੇ ਮਾਊਂਟੇਨੀਅਰ ਬੈਠੇ ਹੁੰਦੇ ਨੇ, ਉਹਨਾਂ ਨੇ 5 ਵਾਰੀ ਚੜ੍ਹੀ ਹੁੰਦੀ ਆ, ਕਿਸੇ ਨੇ 5 ਸਾਲ ਦਾ ਕੋਰਸ ਕੀਤਾ ਹੁੰਦਾ, ਕਿਸੇ ਨੇ ਉਹ ਕੀਤਾ ਹੁੰਦਾ। ਇੱਕ ਮੈਂ ਉਹ ਸੀ ਜਿਹਨੂੰ ਕਿਸੇ ਨੂੰ ਕੁਛ ਨਹੀਂ ਸੀ ਆਉਂਦਾ, ਕੋਈ ਕੋਰਸ ਨਹੀਂ ਸੀ ਕੀਤਾ ਹੋਇਆ, ਕੋਈ ਕਲਾਈਂਬਿੰਗ ਉਹ ਨਹੀਂ ਸੀ ਲਿੱਤੀ ਟ੍ਰੇਨਿੰਗ। ਇਹਦੇ ਲਈ ਤੁਹਾਨੂੰ ਸਪੈਸ਼ਲੀ ਸਕੂਲਸ ਨੇ ਉਹ ਟ੍ਰੇਨਿੰਗ ਲੈਣੀ ਚਾਹੀਦੀ, ਜ਼ਰੂਰੀ ਨੇ ਉਹ, ਕਿਉਂਕਿ ਕੋਈ ਵੀ ਮੇਰੇ ਨਾਲ ਕਈ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ, ਮੈਂ ਜਿਹੜੀ ਮੌਤ ਦੇ ਮੂੰਹ 'ਚੋਂ ਨਿਕਲ ਕੇ ਆਇਆ, ਜਾਂ ਤੁਹਾਨੂੰ ਸੱਚੀ ਦੱਸ ਦਿੰਦਾ, ਕਿਉਂਕਿ ਬਲੇਜ਼ਰਡ ਆਉਂਦੇ ਨੇ ਬਰਫ਼ ਦੇ, ਉਹ ਤੁਹਾਨੂੰ ਮੈਂ ਸਾਰਾ ਖੰਡਾਤਾ ਸੀ, ਮੇਰੀ ਐਨਕਾਂ ਵੀ ਚਲੇ ਗਈਆਂ ਸੀਗੀਆਂ, ਮੇਰੇ ਕੋਲ ਕੁਛ ਨਹੀਂ ਸੀ, ਸਿਰਫ ਮੇਰੇ ਹੱਥ ਸੀ ਰੱਸੀ 'ਚ ਅਤੇ ਇੱਕ ਹਾਰਨੈਸ ਹੁੰਦੀ ਆ ਤੁਹਾਡੀ, ਉਹ ਰੱਸੀ ਨਾਲ ਬੰਨੀ ਰਹਿ ਗਈ ਸੀਗੀ। ਉਹਦੇ ਲਈ ਤੁਹਾਨੂੰ ਜੇ ਤੁਸੀਂ ਟ੍ਰੇਨਿੰਗਸ ਲਿੱਤੀਆਂ ਹੋਈਆਂ ਤਾਂ ਤੁਹਾਨੂੰ ਪਤਾ ਹੁੰਦਾ ਵੀ ਕਿਵੇਂ ਸੇਫਟੀ ਕਰਨੀ ਆ। ਤਾਂ ਮੇਰੇ ਕੋਈ ਸੇਫਟੀ ਦੀ ਪ੍ਰੀਵੀਅਸਲੀ ਕੋਈ ਨੌਲੇਜ ਨਹੀਂ ਸੀਗੀ, ਤੁਹਾਨੂੰ ਨੌਲੇਜ ਲੈਣੀ ਜ਼ਰੂਰੀ ਹੈ, ਟ੍ਰੇਨਿੰਗਸ ਕਰਨੀਆਂ ਜ਼ਰੂਰੀ ਨੇ। ਉਹ ਮੈਂ ਕਹਿੰਦਾ ਵੀ ਉਹ ਤੁਸੀਂ ਘੱਟੋ ਘੱਟ 5 ਸਾਲ ਦੀ
ਇਹਦੇ ਲਈ ਤੁਹਾਨੂੰ ਵਰਕਆਊਟ ਕਰਨਾ ਚਾਹੀਦਾ, ਤਾਂ ਤੁਸੀਂ ਐਵਰੈਸਟ ਚੜ੍ਹਨੀ ਚਾਹੀਦੀ ਆ। ਤੁਸੀਂ ਪਹਿਲਾਂ ਪੰਗਾ ਨਾ ਲਿਓ ਕਦੇ ਵੀ ਵਾਹਿਗੁਰੂ। ਮੈਂ ਜਿਹੜੇ ਮੇਰਾ ਐਕਸਪੀਰੀਅੰਸ ਆ ਮੈਂ ਤੁਹਾਨੂੰ ਦੱਸ ਰਿਹਾ। ਸੋ ਤੁਸੀਂ ਚੜ੍ਹ ਕੇ ਆਏ ਹੋ, ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ, ਸ਼ੁਕਰੀਆ ਤੁਹਾਡਾ। ਥੈਂਕ ਯੂ ਵੀਰ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ।